ਜਿੰਨਾ ਵੀ ਕਲਾਮ ਤੋਂ ਸੁਣਦੇ ਪਿਓ, ਕੁਛ ਦੋਸਤਾਂ ਨੇ ਪਹਿਲੇ ਸੁਣਿਆ, ਕੁਛ ਨੇ ਨਹੀਂ ਸੁਣਿਆ। ਅੰਮਾ ਹਲੀਮਾ ਦਾ ਘਰ ਹੈ, ਸਰਕਾਰ ਦੀ ਆਮਦ ਹੈ। ਅੰਮਾ ਹਲੀਮਾ ਨੇ ਹਜ਼ੂਰ ਨੂੰ ਲੋਰੀ ਦਿੱਤੀ ਹੈ ਤੇ ਕਿਹਾ ਕਿਸ ਤਰ੍ਹਾਂ ਉਹਨੂੰ ਅਦਾ ਫਰਮਾਇਆ। ਆਖੇ ਹਲੀਮਾ ਲੋਰੀ ਮੈਂ ਸੁਣਨੀਆ, ਤੂੰ ਸਮਝਾ ਸੋਹਣਾ ਜ਼ੁਲਮ ਝੁਲਨੀਆ। ਨਬੀ ਦੀ ਲੋਰੀ ਅੰਦਰੋਂ ਸੁਣਦਾ ਪਿਆ, ਚੁੱਕ ਸੁਭਾਨ ਅੱਲਾਹ ਬੋਲੇ ਦਾ ਤਾਂ ਕਿ ਪਤਾ ਲੱਗੇ ਆਸ਼ਿਕ ਬੈਠੇ ਨੇ। ਆਖੇ ਹਲੀਮਾ ਲੋਰੀ ਮੈਂ ਸੁਣਨੀਆ, ਤੂੰ ਸਮਝਾ ਸੋਹਣਾ ਝੁਲਮ ਝੁਲਨੀਆ। ਮੇਰੇ ਹੱਥ ਦੇ ਸੀਤੇ ਸੋਹਣਾ ਪਾ ਤੂੰ ਚੋਲੇ, ਉਂਗਲੀ ਪਕੜ ਕੇ ਚੱਲ ਹੌਲੇ ਹੌਲੇ, ਉਂਗਲੀ ਪਕੜ ਕੇ ਚੱਲ ਹੌਲੇ ਹੌਲੇ। ਜਦੋਂ ਹੌਲੇ ਹੌਲੇ ਚੱਲੋਗੇ ਤੇ ਕੀ ਕਰਾਂਗੇ? ਚਾ ਪੈਰ ਮਾਹੀ ਤੇ ਮੈਂ ਚਾਲ ਵੇਨੀਆਂ, ਤੂੰ ਸਮਝਾ ਸੋਹਣਾ ਝੁਲਮ ਝੁਲਨੀਆਂ, ਤੂੰ ਸਮਝਾ ਸੋਹਣਾ ਝੁਲਮ ਝੁਲਨੀਆਂ। ਔਰ ਇਸ ਤੋਂ ਵੱਡਾ ਸ਼ੇਰ ਤੈਨੂੰ ਕੀ ਸੁਣਾਉਣਾ ਹੈ? ਅੰਮਾ ਤੇਰੇ ਘਰ ਤਾਂ ਪੂਰੀ ਪੂਰੀ ਰਾਤ ਦੀਵਾ ਬਲਦਾ, ਤੇ ਮਾਂ ਨੇ ਕੀ ਕਿਹਾ? ਨਹੀਂ ਫਿਕਰ ਦੀਵਾ ਢੂੰਡਣ ਦੀ ਮੈਨੂੰ, ਜਦੋਂ ਲੋੜ ਪੈਂਦੀ ਚਾਨਣ ਦੀ ਮੈਨੂੰ, ਜਦੋਂ ਲੋੜ ਪੈਂਦੀ ਚਾਨਣ ਦੀ ਮੈਨੂੰ, ਫਿਰ ਕੀ ਕਰਨੀਆਂ ਇਹਦੇ ਮੁੱਖ ਤੂੰ ਜ਼ੁਲਫਾਂ ਜੱਟ ਚਾ ਹਟਨੀਆਂ, ਤੂੰ ਸਮਝਾ ਸੋਹਣਾ ਝੁਲਮ ਝੁਲਨੀਆਂ। ਘਰ ਵਿੱਚ ਹਲੀਮਾ ਫਿਰਦੀ ਹੱਸਦੀ, ਸਖੀਆਂ ਨੂੰ ਹਾਕਿਮ ਫਿਰਦੀ ਦੱਸਦੀ। ਘਰ ਵਿੱਚ ਹਲੀਮਾ ਫਿਰਦੀ ਹੱਸਦੀ, ਸਖੀਆਂ ਨੂੰ ਹਾਕਿਮ ਫਿਰਦੀ ਦੱਸਦੀ। ਕਿਆ ਮੈਨੂੰ ਇਹ ਹੱਸਦੇ ਇਹਨੂੰ ਮੈਂ ਹੱਸਨੀਆ, ਤੂੰ ਸਮਝਾ ਸੋਹਣਾ ਝੁਲਮ ਝੁਲਨੀਆ, ਤੂੰ ਸਮਝਾ ਸੋਹਣਾ ਝੁਲਮ ਝੁਲਨੀ। ਇੱਕ ਵਾਰੀ ਦਰੂਦ ਪਾਕ ਬਾਬਾ ਜ਼ਬਰਤ ਪੜੋ, ਸੱਲੱਲਾਹੁ ਅਲੈਹਿ ਵਸੱਲਮ।